ਮੁਹੰਮਦ ਦੀ ਅਮਨ ਦੀ ਸਲਾਮਤੀ ਵਾਸਤੇ ਬੁਲੰਦ ਤਰ ਸਲਵਾਤ ਪੜ੍ਹੋ। ਮੋਮਿਨੀਨ ਕਰਾਮ, ਤੁਹਾਡੇ ਅੱਗੇ ਬਾਰ ਬਾਰ ਇਲਤਮਾਸ ਕੀਤੀ ਜਾਂਦੀ ਕਿ ਮਿਹਰਬਾਨੀ ਕਰੋ, ਇਮਾਮ ਬਾਰਗਾਹ ਤਸ਼ਰੀਫ ਲੈ ਆਓ। ਸੈਯਦ ਉਜ਼ਾਕਰੀਨ ਸ਼ਹਿਨਸ਼ਾਹ ਫਜ਼ਲ ਉਮਰ ਸਾਹਿਬ ਸੈਯਦ ਸ਼ਫਕਤ ਅਬਾਸ ਆਫ ਚਾਂਦਨਾ ਉਹ ਮਿੰਬਰ ਤੇ ਤਸ਼ਰੀਫ ਫਰਮਾਏ ਤੇ ਜਲਦ ਅਜ ਜਲਦ ਜਿਤਨਾ ਹੋ ਸਕੇ ਮਿਹਰਬਾਨੀ ਕਰੋ ਤੇ ਮਿੰਬਰ ਇਮਾਮ ਬਾਰਗਾਹ ਤਸ਼ਰੀਫ ਲੈ ਆਓ। ਉਹਨਾਂ ਪੜ੍ਹ ਕੇ ਅੱਗੇ ਜਾਣਾ ਹੈ, ਤੁਹਾਡੀ ਬੜੀ ਮਿਹਰਬਾਨੀ, ਜਲਦ ਅਜ ਜਲਦ ਇਮਾਮ ਬਾਰਗਾਹ ਤਸ਼ਰੀਫ ਲੈ ਆਓ। ਮਜਲਿਸ ਦਾ ਆਗਾਜ਼ ਹੋ ਚੁੱਕਾ ਹੈ, ਸਲਵਾਤ ਪੜ੍ਹੋ ਸੈਯਦ ਦੀ ਜ਼ਾਤ ਤੇ। ਇਜਾਜ਼ਤ ਹੈ ਮੈਂ ਨੌਕਰੀ ਸ਼ੁਰੂ ਕਰ ਦੇਵਾਂ, ਅਗਰ ਤਕਲੀਫ ਨਾ ਸਮਝੋ ਤੇ ਇੱਕ ਮਰਤਬਾ ਫਿਰ ਸਲਵਾਤ ਪੜ੍ਹੋ। السميع العليم بسم الله الرحمن الرحيم ثم الصلاة والسلام على أفضل الأنبياء خاتم النبيين بالقاسم محمد محمد المصطفى سيدنا وحبيبنا والطبيب قلوبنا والشفيع ذنوبنا صاحب تاج والميرا جبل براق والعلم الملقب بلقب طه وياسين اللهم صل وسلم زد وبارك على صاحب دعوت النبوية والصولة الحيدرية والعزمت الفاطمية والعلم الحسنية والشجاعت الحسينية والماسر الباقرية والأثار الجعفرية والعلوم الكاظمية والحجد الرزمية والجود التقوية والنقابة النقوية والهيبة الأصغرية والغيبة الإلهية والقائم بالحق صلوات ਕਬਰ ਚਿਆਂ ਫਰਿਸ਼ਤਿਆਂ ਨੇ ਤੇ ਕੀਤੀ ਫਿਲਾ ਨਾਲ ਕਲਾਮ ਕਿਹੜੇ ਦੀਨ ਸਲਾਮ ਦੀ ਕਾਜ ਲੈ ਦੱਸ ਤੇਰਾ ਕੌਣ ਇਮਾਮ ਕਹਿ ਮਕਾਮ ਨਿਰਭਾਈ ਸ਼ੁਰੂ ਕੀਤੀ ਹੈ ਜਨਾਬੇ ਫਿਜ਼ਾ ਦਾ ਹੋਇਆ ਜਿੰਤਕਾਲ ਮੁਨਕਿਰ ਤੇ ਨਕੀਰ ਤਸ਼ਰੀਫ ਗਿਨਾ ਹਨ ਬਲਕਿ ਜਿੰਜ ਕਿਉਂ ਨਾ ਖਾਂ ਮੋਮਿਨ ਦੀ ਕਬਰ ਚ ਮੁਬਸ਼ਰ ਤੇ ਬਸ਼ੀਰ ਤਸ਼ਰੀਫ ਗਿਨਾ ਦਿਲ ਸਵਾਲੋ ਜਵਾਬ ਦਾ ਤਜ਼ਕਰਾ ਹੋਇਆ ਹੈ ਫਰਮੈਨ ਮਨ ਰੱਬੋ ਕੇ ਬੀਬੀ ਆਦੀ ਜਿਹੜਾ ਤੁਹਾਡਾ ਰੱਬ ਹੈ ਫਰਮੈਨ ਮਨ ਨਬੀਓ ਕੇ ਬੀਬੀ ਆਦੀ ਜਿਹੜਾ ਤੁਹਾਡਾ ਨਬੀ ਹੈ ਫਰਮੈਨ ਮਨ ਇਮਾਮੋ ਕੇ ਜਿਹੜਾ ਇਮਾਮਤ ਦਾ ਤਜ਼ਕਰਾ ਹੋਇਆ ਹੈ ਕਬਰ ਚ ਉੱਠ ਬੈਠੀ ਹੈ ਸ਼ਹਿਰ ਦਾ ਰੂਹ ਮੌਜੂਦ ਆਈ ਉਸ ਮੰਜ਼ਰ ਕਸ਼ੀ ਕੀਤੀ ਹੈ ਸ਼ਹਿਰਾ ਦੇ ਕਬਰ ਚ ਆਣ ਫਰਿਸ਼ਤਿਆਂ ਨੇ ਤੇ ਕੀਤੀ ਫਿਲਾ ਨਾਲ ਕਲਾਮ ਕਿਹੜੇ ਦੀਨ ਸਲਾਮ ਦੀ ਕਾਜ ਲੈ ਦੱਸ ਤੇਰਾ ਕੌਣ ਇਮਾਮ ਬੀਬੀ ਆਦੀ ਤੁਸਾਂ ਇੱਕ ਡੂ ਤੀਦਾ ਨਾ ਚਹਿੰਦੇ ਤੇ ਦੱਸਾਂ ਮੈਂ ਬਹਰਾਂ ਦੇ ਨਾਮ ਮੈਂ ਕੂੰ ਹਸਨ ਹੁਸੈਨ ਸਡੇਂਦੇ ਨੇ ਮਾਤਾ ਹੀ ਬੈਠੀਆਂ ਨਾਲ ਆਰਾਮ ਇੱਕ ਸ਼ੇਰ ਕਸੀਦਾ ਉਸ ਦੇ ਬਾਅਦ ਇੱਕ ਕਦਮਾਂ ਤੇ ਦੁਆ ਠੀਕ ਹੈ ਜਨਾਬ ਆਪਣੇ ਵਾਜਬ ਇਤਰਾਮ ਕੋ ਟਾਈਮ ਦੇਵਾਂ ਤੁਸੀਂ ਕਸੀਦੇ ਵਾਲਾ ਨਾਰਾ ਸੁਣਵਾ ਮੈਂ ਜਨਾਬ ਨੂੰ ਕਸੀਦਾ ਸੁਣਵਾਵਾਂ ਬਿਸਮਿਲ੍ਲਾਹ ਲੰਬਾ ਕੋਈ ਨਹੀਂ ਇੱਕ ਬੰਦ ਪੜ੍ਹ ਕੇ ਬਸ ਮਦਮਾ ਹੀ ਪਤਾ ਜਾ ਰਿਹਾ ਇਜਾਜ਼ਤ ਹੈ ਕਸੀਦਾ ਸੁਣਵਾਵਾਂ ਤੁਸੀਂ ਇੱਕ ਸਲਵਾਤ ਪੜ੍ਹੋ ਸੈਯਦ ਦੀ ਜ਼ਾਤ ਤੇ ਜੇ
ਜੇ ਗਰ ਚਾਂਦ ਜਨਤ ਵਿੱਚ ਡੇਰਾ ਤੂੰ ਹੈ ਦਰ ਪੀਰ ਬਣਾ, ਤੂੰ ਹੈ ਦਰ ਪੀਰ ਬਣਾ, ਕਿਹੜਾ ਮੁੱਲ ਲੱਗਦਾ ਤੇਰਾ, ਤੂੰ ਹੈ ਦਰ ਪੀਰ ਬਣਾ। ਆਈ ਬਮਰ ਵਿੱਚ ਨੂਹ ਦੀ ਕਸ਼ਤੀ ਚੜਿਆ ਜੋ ਸੋ ਹੋਇਆ ਬਹਿਸ਼ਤੀ ਦਿੰਦਾ ਕੰਧੀਆਂ ਬੇੜਲਾ ਤੂੰ ਹੈ ਦਰ ਪੀਰ ਬਣਾ। ਦਰ ਖੈਬਰ ਦਾ 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 ਵਾਜੋ ਨਿਆਰੀ ਨਸ ਗਏ ਫੌਜੀ ਵਾਰੋ ਵਾਰੀ ਦਸ ਲੜਸੀਆ ਖੈਬਰ ਕਿਹੜਾ ਤੂੰ ਹੈ ਦਰ ਪੀਰ ਬਣਾ। ਇੱਜ਼ਤ ਜੋ ਬੜੀ ਥੀ ਤੋ ਮੁਸੀਬਤ ਵੀ ਬੜੀ ਥੀ, ਆਬਾਦ ਕਿਸ ਤਰ੍ਹਾਂ ਯਾ ਸਹਿਨ ਫਾਤਮੀ ਹੁਆ, ਕਿਸ ਕੀ ਨਜ਼ਰ ਲੱਗੀ ਜੀ? ਬਾਤ ਪੜਾ ਅੱਛਾ ਜੇ ਜੇ ਗਰ ਚਾਂਦ ਜਨਤ ਵਿੱਚ ਡੇਰਾ ਤੂੰ ਹੈ ਦਰ ਪੀਰ ਬਣਾ, ਤੂੰ ਹੈ ਦਰ ਪੀਰ ਬਣਾ। ਆਈ ਬਮਰ ਵਿੱਚ ਨੂਹ ਦੀ ਕਸ਼ਤੀ ਚੜਿਆ ਜੋ ਸੋ ਹੋਇਆ ਬਹਿਸ਼ਤੀ ਦਿੰਦਾ ਕੰਧੀਆਂ ਬੇੜਲਾ ਤੂੰ ਹੈ ਦਰ ਪੀਰ ਬਣਾ। ਦਰ ਖੈਬਰ ਦਾ ਦਰ ਖੈਬਰ ਦਾ ਦਰ ਖੈਬਰ ਦਾ ਦਰ ਖੈਬਰ ਦਾ ਵੋ ਦਰ ਖੈਬਰ ਦਾ ਵਾਜੋ ਨਿਆਰੀ ਨਸ ਗਏ ਫੌਜੀ ਵਾਰੋ ਵਾਰੀ ਦਸ ਲੜਸੀਆ ਖੈਬਰ ਕਿਹੜਾ ਤੂੰ ਹੈ ਦਰ ਪੀਰ ਬਣਾ। ਇੱਜ਼ਤ ਜੋ ਬੜੀ ਥੀ ਤੋ ਮੁਸੀਬਤ ਵੀ ਬੜੀ ਥੀ, ਆਬਾਦ ਕਿਸ ਤਰ੍ਹਾਂ ਯਾ ਸਹਿਨ ਫਾਤਮੇ ਹੁਆ, ਕਿਸ ਕੀ ਨਜ਼ਰ ਲੱਗੀ ਕਿ ਯੇ ਘਰ ਮਾਤਮੀ ਹੁਆ। ਅੱਖ ਜਾਣੇ 1400 ਮੀਲ ਦੀ ਥੱਕੀ ਹੋਈ ਸਹਿਣ ਜਾਣੇ, ਤਵੱਜਾ ਮੇਰੇ ਪਾਸ ਰੱਖੇ, ਮੈਂ ਬੰਦ ਪੇਸ਼ ਕਰਦਾ। ਇੱਕ ਹਾਜੀ ਹਰਮੇ ਹਰੀਮ ਦੇ ਸਾਹਮਣੇ ਆਏ, ਫਰਮੈਂਦੇ ਨੇ ਕਾਬਾ ਇਹ ਡਸਾ ਕਿਤਨੇ ਹਾਜੀ ਇਸ ਵਕਤ ਤੱਕ ਤੇਰਾ ਬੋਸਾ ਲੈ ਚੁੱਕੇ ਨੇ। ਹਜਰ ਅਸਵਦ ਚ ਆਵਾਜ਼ ਆਈਏ 71,72,14,14,105 ਹਾਜੀ ਸਰਦਾ ਭਰ ਕੇ ਫਰਮੈਂਦੇ ਨੇ ਕੋਈ ਇਹ ਜਿਹਾ ਕਾਫਲਾ ਯਾਦ ਆਈ ਜਿਸ ਤੇਰੇ ਸਾਹਮਣੇ ਖੜ ਕੇ ਬਧੇ ਇਰਾਮ ਤੋੜੇ ਹੋਵੇ। ਉਸ ਵਕਤ
ਹਜਰ ਅਸਵਦ ਦੇ ਵਿੱਚੋਂ ਖੂਨ ਦੇ ਕਤਰੇ ਡੱਠੇ ਤੇ ਆਵਾਜ਼ ਆਈ ਕਿ ਸਨ 60 ਹਿਜਰੀ ਦੇ ਵਿੱਚ ਇੱਕ ਮੁਖਤਸਰ ਜਿਹਾ ਕਾਫਲਾ ਆਇਆ ਹੈ ਜਿਸ ਮੇਰੇ ਸਾਹਮਣੇ ਖੜ ਕੇ ਬੱਧੇ ਇਹਰਾਮ ਤੋੜੇ ਆਏ ਅੱਗੇ ਅੱਗੇ ਹੁਸੈਨ ਹਨ ਪਿੱਛੇ ਪਿੱਛੇ ਸੱਜਾਦ ਫਰਮਾਇੰਦੇ ਨੇ ਅਕਬਰ ਕਾਸਿਮ ਸੱਜਾਦ ਇਹਰਾਮ ਤੋੜ ਦਿਓ ਕਾਬਾ ਨੇ ਮੁਖਾਤਿਬ ਹੋ ਕੇ ਫਰਮਾਇੰਦੇ ਨੇ ਕਾਬਾ ਮੈਂ ਇਮਾਮ ਹਾਂ ਇਹਰਾਮ ਤੋੜਨਾ ਸ਼ਰਨ ਹਰਾਮ ਹੈ ਲੇਕਿਨ ਮੈਂ ਇਤਨਾ ਮਜਬੂਰ ਹਾਂ ਇਮਾਮ ਜਿਹੜੀ ਕਾਬੇ ਦੇ ਮੁਖਾਤਿਬ ਹੋ ਕੇ ਗੱਲ ਕੀਤੀ ਮੈਂ ਜਨਾਬ ਨੂੰ ਬੰਦ ਦੀ ਸ਼ਕਲ ਹੀ ਦੱਸਣਾ ਚਾਹਨਾ ਫਰਮਾਇੰਦੇ ਨੇ ਐ ਬੈ ਤਰਬੀ ਫਰਜ਼ੰਦ ਨਬੀ ਤੇਰਾ ਲਈ ਆਖਰੀ ਕਰਾਨ ਸਲਾਮੇ ਤੇਰੇ ਸਾਹਮਣੇ ਖੜ ਮੈਂ ਤੋੜੇ ਦਿਲ ਮਜਬੂਰਨ ਪਾਕ ਇਰਾਮ ਸੈਯਦਾ ਦਾ ਮੈਂ ਮੁੱਲ ਕੀ ਰਾਕ ਦੋ ਟੁਰਿਆ ਵੈਨਾ ਤੇ ਗਿਨੇ ਲਾਲ ਬੈਤ ਯੂਜ਼ਾਮੇ ਤੇਰੇ ਹਰਮ ਦੀ ਹੁਰਮਤ ਕੈਮ ਰਵੇ ਤੋੜੇ ਭੈਣੀ ਦੇਖ ਮੈਂ ਸ਼ਾਮ ਕਾਬਾ ਚੁੱਕਿਆ ਆਂਦੇ ਤਲੇ ਹੱਥ ਰੱਖੇ ਕਾਬਾ ਚੋਆ ਲਈ ਮੌਲਾ ਲਾ ਵਾਰਸ ਕਰਕੇ ਛੋੜੀ ਮੈਨੇ ਇਮਾਮ ਕਾਬਾ ਦੇ ਮੁਖਾਤਿਬ ਹੋ ਕੇ ਫਰਮਾਇੰਦੇ ਨੇ ਘਬਰਾ ਨਹੀਂ ਤੂੰ ਗਰੀਏ ਖਾਲਕ ਅਕਬਰ ਦਾ ਅਤੇ ਕਰ ਨਹੀਂ ਮੂੰਜ ਮਲਾਲੇ ਮੈਡੇ ਪਿਓ ਦੇ ਜੰਮਣ ਦੀ ਜਾਹੇ ਤੂੰ ਤੇਰੀ ਲਾਜ ਰੱਖਸਾਂ ਹਰ ਹਾਲ ਸੈਯਦਾ ਦੇ ਤੇਰੀ ਹੁਰਮਤ ਕੀਤੇ ਮੈਂ ਗਿਨ ਆਇਆ ਅਤੇ ਵਤਨ ਤੂੰ ਬੇਣੀ ਨਾਲੇ ਮੈਡਾ ਚੁੱਪ ਕਰਕੇ ਇੱਥੋਂ ਟੁਰ ਵੰਜਣਾ ਦੇ ਨੂੰ ਮਾਮੂਲੀ ਗਾਲ ਕਿਆ ਬਾਤ ਭਾਈ ਕਿਆ ਬਾਤ।